ਚਿਰਾਂ ਤੋਂ ਉਡੀਕਿਆ ਜਾ ਰਿਹਾ ਕਿਸਾਨ ਮੇਲਾ ਅੱਜ ਬੜੇ ਜੋਸ਼ੋ ਖਰੋਸ਼ ਅਤੇ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਇਸ ਕਿਸਾਨ ਮੇਲੇ ਵਿੱਚ ਸ਼੍ਰੀ VP ਸਿੰਘ ਬਦਨੌਰ, ਮਾਣਯੋਗ ਗਵਰਨਰ ਪੰਜਾਬ ਅਤੇ ਚਾਂਸਲਰ PAU ਮੁੱਖ ਮਹਿਮਾਨ ਵਜੋਂ, ਜਦਕਿ ਮਾਣਯੋਗ ਖੇਤੀਬਾੜੀ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਅੱਜ ਲੱਖਾਂ ਕਿਸਾਨ ਦੂਰ ਦੁਰਾਡਿਓਂ ਇਸ ਮੇਲੇ ਵਿੱਚ ਸ਼ਾਮਿਲ ਹੋਣ ਲਈ ਆਏ, ਤਾਂ ਕਿ ਇੱਥੇ ਵੰਡੀ ਜਾਣ ਵਾਲੀ ਗਿਆਨ ਦੀ ਰੌਸ਼ਨੀ ਉਹ ਵੀ ਹਾਸਿਲ ਕਰ ਸਕਣ। ਇੱਥੇ ਖੇਤੀਬਾੜੀ ਦੇ ਬੀਜਾਂ ਤੋਂ ਲੈ ਕੇ ਖੇਤੀ ਮਸ਼ੀਨਰੀ ਵੀ ਸੀ ਅਤੇ ਤਰ੍ਹਾਂ ਤਰ੍ਹਾਂ ਦੀ ਤਕਨੀਕੀ ਜਾਣਕਾਰੀ ਵੀ। ਕੁੱਲ ਮਿਲਾ ਕੇ ਯਾਦਗਾਰੀ ਅਤੇ ਜੋਸ਼ੀਲੀ ਸ਼ੁਰੂਆਤ ਸੀ। ਰਾਜੀ ਜੀ, ਮੈਂ ਮੰਡੀਆ ਵੀ ਘਰ ਤੋਂ ਆਇਆ। ਮੇਰਾ ਨਾਮ ਹੈਗਾ ਪਰਮਜੀਤ ਹਜੂਰੀਆ, ਮੈਂ ਅਮੈਰੀਕਾ ਵਿੱਚ ਰਹਿੰਦਾ ਹੈਗਾ ਜੀ। ਅਜੇ ਤੋਂ ਫਲਾਂ ਦੇ ਅਤੇ ਮਸ਼ਰੂਮਿਆਂ ਦੇ ਅਮਰੂਦਾਂ ਦੇ ਬੂਟੇ ਲੈਣ ਆਇਆ ਜੀ। ਠੀਕ ਹੈ ਜੀ, ਹੋਰ ਕੁਛ ਦੱਸ ਦਿਓ, ਕਿਤੇ ਨੌ ਦੱਸ ਦਿਓ ਆਪਦਾ। ਹਾਂਜੀ, ਦੱਸ ਦਿਓ। ਕਿੰਨੀ ਵਾਰੀ ਆਏ ਹੋ? ਹਾਂਜੀ, ਕਿੰਨੀ ਵਾਰ ਆਏ ਹੋ? ਸਾਨੂੰ 10-12 ਸਾਲ ਹੋ ਗਏ ਜੀ। ਕਾਹਦੇ ਬੂਟੇ ਲੈਣ ਆਏ ਹੋ? ਅਮਰੂਦਾਂ ਦੇ, ਕਿੰਨੂਆਂ ਦੇ, ਬੇਰੀ ਦੇ ਜੀ। ਹਰ ਵਾਰੀ ਇੱਥੇ ਬੂਟੇ ਲੈ ਕੇ ਜਾਂਦੇ? ਹਾਂਜੀ 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 ਹਾਂਜੀ। ਠੀਕ ਹੈ ਜੀ, ਕੀ ਨਾਮ ਕੀ ਤੁਹਾਡਾ? ਪਰਮਜੀਤ ਸਿੰਘ ਹਜੂਰੀਆ ਜੀ। ਠੀਕ ਹੈ। ਮੇਰਾ ਨਾਮ ਸੰਜੇ ਕੁਮਾਰ, ਮੈਂ ਸੈਂਟਰਲ ਯੂਨੀਵਰਸਿਟੀ ਬਠਿੰਡਾ ਮੈਂ BSc ਐਗਰੀਕਲਚਰ ਕਰ ਰਹਾ ਹੂੰ। ਜੋ ਯਹਾਂ ਸੇ ਕਿਸਾਨ ਮੇਲੇ ਮੈਂ ਸਿੱਖਣੇ ਕੋ ਬਹੁਤ ਕੁਛ ਮਿਲਾ ਔਰ ਬਹੁਤ ਹੀ ਇੰਟਰਸਟਿੰਗ ਮਿਲਾ ਜੀ ਕਿਸਾਨ ਮੇਲਾ। ਮੇਰਾ ਨਾਮ ਅੰਕੁਸ਼ ਸ਼ਰਮਾ ਹੈ ਔਰ ਮੈਂ CGC ਜੰਝੇੜੀ ਕਾਲਜ ਮੋਹਾਲੀ ਸੇ ਆਇਆ ਹੂੰ ਔਰ ਮੈਂ BSc ਐਗਰੀਕਲਚਰ ਓਨਰਸ ਕਰ ਰਹਾ ਹੂੰ। ਤੋ ਆਜ ਹਮ ਯਹਾਂ ਪੇ ਕਿਸਾਨ ਮੇਲਾ ਦੇਖਣੇ ਆਏ ਹੈ PAU ਮੇਂ, ਜੋ ਬਹੁਤ ਹੀ ਅੱਛਾ ਲੱਗ ਰਿਹਾ ਹੈ ਹਮਕੋ। ਯਹਾਂ ਪੇ ਭੀੜ ਦੇਖ ਕੇ ਉਤਸ਼ਾਹ ਅੰਦਰ ਸੇ ਆ ਰਿਹਾ ਹੈ ਜੀ ਔਰ ਹਮੇ ਯਹਾਂ ਬਹੁਤ ਕੁਛ ਸਿੱਖਣੇ ਕੋ ਮਿਲ ਰਿਹਾ ਹੈ ਔਰ ਬਹੁਤ ਹੀ ਰੌਣਕ ਅੱਛੀ ਯਹਾਂ ਪੇ, ਬਹੁਤ ਅੱਛੀ ਸਟੋਲੇ ਜੀ, ਫਰਟੀਲਾਈਜ਼ਰ ਬੀਜ ਬਹੁਤ ਅੱਛਾ ਸਭੀ ਬਾਰੇ ਪਤਾ ਲੱਗ ਰਿਹਾ ਜੀ ਹਮੇ। ਵੈਲ, ਆਈ ਐਮ ਫਰੋਮ CGC ਜੰਝੇੜੀ ਕੈਂਪਸ ਜੰਝੇੜੀ ਮੋਹਾਲੀ। ਅੱਜ ਹਮਾਰੀ ਫਸਟ ਵਿਜ਼ਿਟ ਹੈ PAU ਮੇਂ, ਹਮ ਫਸਟ ਵਿਜ਼ਿਟ ਹੈ ਹਮਾਰੀ। ਹਮ ਲੋਕ ਯਹਾਂ ਪੇ ਕਿਸਾਨ ਮੇਲਾ ਇੰਜੋਏ ਕਰਨੇ ਆਏ ਹੈ। ਬਹੁਤ ਅੱਛਾ ਹੈ ਯਹਾਂ ਪੇ, ਬਹੁਤ ਸਾਰੇ ਸਟੋਲਸ ਲਗੇ ਹੋਏ ਹੈਂ, ਹਮਾਰੇ ਫਰਟੀਲਾਈਜ਼ਰ ਕਾ, ਹਮਾਰੇ ਸਾਰੇ ਸਬਜੈਕਟ ਸੇ ਰਿਲੇਟਿਡ ਹੈ, ਹਮਾਰੇ ਸਬਜੈਕਟ ਸੇ ਰਿਲੇਟਿਡ ਹੈ। ਵੈਜੀਟੇਬਲਸ ਕਾ ਦੇਖਾ ਹਮਨੇ, ਫਰਟੀਲਾਈਜ਼ਰਸ ਦੇਖੇ, ਸੀਡਸ ਕੇ ਦੇਖਾ ਹਮਨੇ, ਬਹੁਤ ਕੁਛ ਸਿੱਖਣੇ ਕੋ ਮਿਲਾ। ਡਿਫਰੈਂਟ ਵਰਾਇਟੀਜ਼ ਜੋ ਇਹਨਾਂ ਨੇ ਹਾਈਬ੍ਰਿਡ ਤਿਆਰ ਕੀਏ ਹੋਏ ਹੈਂ, ਰਾਈਸ, ਵੀਟ, ਸਭ ਦੇਖਾ ਹਮਨੇ, ਬਹੁਤ ਅੱਛਾ ਲਗਾ। ਸ਼ੂਗਰ ਕੇਨ ਜੀ, ਮੇਰਾ ਨਾਮ ਚਾਂਦਨੀ ਹੈ, ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮੇਂ ਜੋਬ ਕਰਤੀ ਹੂੰ ਔਰ ਆਜ ਹਮਾਰੇ ਯਹਾਂ ਕਿਸਾਨ ਮੇਲਾ ਚੱਲ ਰਿਹਾ ਹੈ। ਕਾਫੀ ਸਾਲੋਂ ਸੇ ਹਮ ਫਾਰਮਰਸ ਕੋ ਗਾਈਡ ਕਰਤੇ ਆ ਰਹੇ ਹੈ, ਕੈਸੇ ਵੋ ਆਪਣੀ ਕ੍ਰੋਪਸ ਕੋ ਗਰੋ ਕਰੇ ਔਰ ਇਨਕੀ ਯੀਲਡ ਕੈਸੇ ਗਰੋ ਹੋ ਸਕਤੀ ਹੈ, ਇੰਪਰੂਵ ਹੋ ਸਕਤੀ ਹੈ। ਯਹਾਂ ਹਮਨੇ ਡਿਫਰੈਂਟ ਡੈਫੀਸ਼ੀਐਂਸੀਜ ਜੋ ਪਲਾਂਟਸ ਮੇਂ ਹੋ ਸਕਤੀ ਹੈ ਔਰ ਉਨਕਾ ਕੈਸੇ ਇਲਾਜ ਹੋ ਸਕਤਾ ਹੈ, ਉਸਕੇ ਬਾਰੇ ਮੇਂ ਹਮਨੇ ਆਪਣੇ ਇਸ ਸਟੂਡੀਓ ਮੇਂ ਬਤਾਇਆ ਗਿਆ ਹੈ। ਜੈਸੇ ਕਿ ਮੰਗਨੀਜ ਕੇ ਲੀ ਕਿਆ ਇੰਪਰੂਵਮੈਂਟ ਹੋ ਸਕਤੀ, ਉਸਕੇ ਲੀ ਮੰਗਨੀਜ ਸਲਫੇਟ ਹਮ ਡਾਲੇਂਗੇ, ਆਇਰਨ ਕੀ ਡੈਫੀਸ਼ੀਐਂਸੀ ਕੇ ਲੀ ਹਮ ਆਇਰਨ ਸਲਫੇਟ ਡਾਲੇਂਗੇ ਔਰ ਜ਼ਿੰਕ ਕੀ ਡੈਫੀਸ਼ੀਐਂਸੀ ਕੇ ਲੀ ਜ਼ਿੰਕ ਸਲਫੇਟ ਹਮਨੇ ਯਹਾਂ ਪੇ ਐਡ ਔਨ ਕਰਨੇ ਕੇ ਲੀ ਬੋਲਾ ਗਿਆ ਹੈ। ਬਾਕੀ ਹਮਾਰੀ ਯੂਨੀਵਰਸਿਟੀ ਮੇਂ ਕਾਫੀ ਸਟੂਡੈਂਟਸ ਵੀ ਆਏ ਹੈ ਡਿਫਰੈਂਟ ਯੂਨੀਵਰਸਿਟੀਜ਼ ਸੇ ਔਰ ਉਨਕੋ ਕਾਫੀ ਗਾਈਡੈਂਸ ਮਿਲ ਰਹੀ ਹੈ ਕਿ ਕੈਸੇ ਉਨਕੇ ਸਬਜੈਕਟਸ ਰਿਲੇਟਿਡ ਸਾਰਾ ਕੁਛ ਹੈ ਤੋ ਕੈਸੇ ਇੰਪਰੂਵਮੈਂਟ ਹੋ ਸਕਤੀ ਹੈ ਉਨਕੇ ਲੀਏ ਵੀ, ਵੋ ਸਾਰਾ ਕੁਛ ਹਮਨੇ ਗਾਈਡ ਕਰਨੇ ਕੀ ਕੋਸ਼ਿਸ਼ ਕੀ ਹੈ ਆਜ। ਹਾਂਜੀ, ਸਟੂਡੈਂਟਸ ਜੋ ਹੈ ਬੇਸਿਕਲੀ ਹੁਸ਼ਿਆਰਪੁਰ, ਜਲੰਧਰ, ਮੋਗਾ ਸਭੀ ਜਗ੍ਹਾ ਸੇ ਆਏ ਹੋਏ ਹੈ ਔਰ ਉਨਕੋ ਕਾਫੀ ਗਾਈਡੈਂਸ ਮਿਲ ਰਹੀ ਹੈ ਆਜ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਰਿਤੂ ਟੰਡਨ ਐਂਡ ਆਈ ਐਮ ਰਿਪ੍ਰਜੈਂਟਿੰਗ ਡਿਪਾਰਟਮੈਂਟ ਪੰਜਾਬ ਹਾਰਟੀਕਲਚਰ ਪੋਸਟ ਹਾਰਵੈਸਟ ਟੈਕਨੋਲੋਜੀ ਸੈਂਟਰ, ਜਿਹੜਾ ਕਿ ਪੰਜਾਬ ਗਵਰਨਮੈਂਟ ਦਾ ਡਿਪਾਰਟਮੈਂਟ ਹੈ ਔਰ ਅਸੀਂ ਇਸ ਡਿਪਾਰਟਮੈਂਟ ਦੇ ਵਿੱਚ ਫਾਰਮਰਸ ਦੀ ਅਵੇਅਰਨੈਸ ਕ੍ਰੀਏਟ ਕਰਦੇ ਹਾਂ ਰਿਗਾਰਡਿੰਗ ਰਿਟੇਲਿੰਗ, ਕਿ ਉਹਨਾਂ ਨੇ ਸਬਜ਼ੀਆਂ ਦਾ ਜਿਹੜਾ ਮੰਡੀਕਰਨ ਹੈ ਉਹ ਕਿੱਦਾਂ ਕਰਨਾ ਹੈ, ਕਿੱਦਾਂ ਸਬਜ਼ੀਆਂ ਦੀ ਸਾਂਭ ਸੰਭਾਲ ਕਰਨੀ ਹੈ,
ਤਾਂ ਕਿ ਮੰਡੀਕਰਨ ਤੱਕ ਉਹਨਾਂ ਦੀ ਸਬਜ਼ੀ ਬਿਲਕੁਲ ਫਰੈਸ਼ ਰਹੇ ਅਤੇ ਉਹਨਾਂ ਨੂੰ ਅੱਛੀਆਂ ਕੀਮਤਾਂ ਮਿਲ ਜਾਣ। ਇਸ ਤੋਂ ਇਲਾਵਾ ਅਸੀਂ ਫੂਡ ਦੀ ਪ੍ਰੋਸੈਸਿੰਗ ਦੇ ਬਾਰੇ ਵੀ ਥੋੜ੍ਹਾ ਜਿਹਾ ਦੱਸਦੇ ਹਾਂ, ਜਿਵੇਂ ਕਿ ਸਬਜ਼ੀਆਂ ਨੂੰ ਕਰੇਲਿਆਂ ਨੂੰ ਸੁਕਾ ਕੇ ਅਸੀਂ ਲੰਬੇ ਟਾਈਮ ਤੱਕ ਜਦੋਂ ਉਹਨਾਂ ਦਾ ਮੌਸਮ ਨਹੀਂ ਹੈ ਤਾਂ ਉਹਨਾਂ ਨੂੰ ਕਿੱਦਾਂ ਯੂਜ਼ ਕਰ ਸਕਦੇ ਹਾਂ। ਪਲੱਸ ਪਿਆਜ਼ਾਂ ਦੇ ਲਈ ਹੈ, ਟਮਾਟਰਾਂ ਦੇ ਲਈ ਹੈ ਕਿ ਉਹਨਾਂ ਦੀ ਪੈਕੇਜਿੰਗ, ਉਹਨਾਂ ਦੀ ਜਿਹੜੀ ਪਕਾਉਣ ਦੀ ਵਿਧੀ ਹੈ ਉਹ ਵੀ ਸਾਡੇ ਸੈਂਟਰ ਵੱਲੋਂ ਦਿੱਤੀ ਗਈ ਹੈ। ਪਲੱਸ ਆਲੂਆਂ ਦੀ ਜਿਹੜੀ ਆਪਣੀ ਸਪਰਾਊਟਿੰਗ ਹੋ ਜਾਂਦੀ ਹੈ ਉਹਦੇ ਲਈ ਵੀ ਡਿਪਾਰਟਮੈਂਟ ਵੱਲੋਂ ਟੈਕਨੀਕ ਦਿੱਤੀ ਗਈ ਹੈ। ਸੋ ਇਹਨਾਂ ਸਾਰਿਆਂ ਬਾਰੇ ਅਸੀਂ ਕਿਸਾਨਾਂ ਦੀ ਅਵੇਅਰਨੈਸ ਕ੍ਰੀਏਟ ਕਰ ਰਹੇ ਹਾਂ ਤਾਂ ਕਿ ਉਹ ਵਧੀਆ ਤਰੀਕੇ ਨਾਲ ਮੰਡੀਕਰਨ ਕਰਕੇ ਆਪਣੀ ਸਬਜ਼ੀਆਂ ਦੇ ਚੰਗੇ ਭਾਅ ਲੈ ਸਕਣ। ਧੰਨਵਾਦ। ਮੈਂ ਮੇਵਾ ਸਿੰਘ ਕੁਲਾਰ, ਮੈਂ ਲੁਧਿਆਣਾ ਜ਼ਿਲ੍ਹੇ ਦੇ ਕੁਲਾਰ ਪਿੰਡ ਰਹਿਣ ਵਾਲਾ, ਔਰ ਮੈਂ ਪ੍ਰੋਗਰੈਸਿਵ ਫਾਰਮਰ ਹਾਂ ਅਤੇ ਪੋਲੀ ਹਾਊਸ ਦੇ ਵਿੱਚ ਮੈਂ ਖੇਤੀ ਕਰਦਾ ਹਾਂ, ਔਰ ਇਸ ਡਿਪਾਰਟਮੈਂਟ ਦੇ ਨਾਲ ਬੜੀ ਦੇਰ ਤੋਂ ਜੁੜੇ ਹੋਏ ਹਾਂ। ਫਾਰਮਰਸ ਦੀ ਫਸਲ ਉਗਾਉਣ ਤੋਂ ਕਟਾਈ ਵੇਲੇ ਤੱਕ ਤੋਂ ਬਾਅਦ ਇਸ ਡਿਪਾਰਟਮੈਂਟ ਨੇ ਫਾਰਮਰ ਦੀ ਬੜੀ ਮਦਦ ਕੀਤੀ ਆ। ਵੱਖ ਵੱਖ ਸਬਜ਼ੀਆਂ ਨੂੰ ਅਤੇ ਫਲਾਂ ਦੀ ਸਾਂਭ ਸੰਭਾਈ ਬਾਰੇ ਉਹਨਾਂ ਦੀ ਜੋ ਉਹਦੇ 'ਤੇ ਫਿਲਮ ਚਲਾ ਕੇ ਉਹਦੀ ਲਾਈਫ ਵਧਾਉਣ ਵਾਸਤੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਆ। ਅਤੇ ਜਦੋਂ ਵੀ ਕਦੇ ਮਤਲਬ ਫਾਰਮਰ ਨੂੰ ਇਹਨਾਂ ਦੀ ਲੋੜ ਪੈਂਦੀ ਆ, ਇਹ ਹਮੇਸ਼ਾ ਹੀ ਫਾਰਮਰ ਦੀ ਮਦਦ ਕਰਦੇ ਆ। ਅਤੇ ਇਹੀ ਟੈਕਨੋਲੋਜੀ ਹੈਗੀ ਆ ਜਿਹੜੀ ਫਿਊਚਰ ਦੀ ਟੈਕਨੋਲੋਜੀ ਆ, ਜਿਹਦੇ ਨਾਲ ਪੰਜਾਬ ਦੇ ਫਾਰਮਰ ਆਪਦੀ ਫਸਲ ਤੋਂ ਵੱਧ ਪ੍ਰੋਫਿਟ ਕਮਾ ਸਕਦੇ ਨੇ। ਸਬਜੈਕਟਾਂ ਦੇ ਉੱਤੇ ਟ੍ਰੇਨਿੰਗ ਦੇਣ ਦਾ ਬੜਾ ਅੱਛਾ ਪ੍ਰਬੰਧ ਆ, ਖਾਸ ਤੌਰ 'ਤੇ ਜਿਹੜੇ ਸੈਲਫ ਹੈਲਪ ਗਰੁੱਪ ਨੇ, ਲੇਡੀਜ਼ ਨੇ, ਉਹਨਾਂ ਨੂੰ ਅਚਾਰ ਮੁਰੱਬੇ ਪਾਉਣ ਦੀ ਟ੍ਰੇਨਿੰਗ, ਫਾਰਮਰਸ ਨੂੰ ਆਪਣਾ ਇਹਨਾਂ ਦੀ ਰੱਖ ਰਖਾਈ ਦਾ, ਸੰਭਾਲ ਦਾ, ਕੇਲੇ ਪਕਾਉਣ ਦਾ, ਖਾਸ ਤੌਰ 'ਤੇ ਇਹਨਾਂ ਨੇ ਸਾਨੂੰ ਸਪੈਸ਼ਲ ਟੈਕਨੋਲੋਜੀ ਪ੍ਰੋਵਾਈਡ ਕੀਤੀ ਜਿਹਦੇ ਨਾਲ ਕੇਲੇ ਨੂੰ ਦਵਾਈ ਲਾਉਣ ਪਕਾਉਣ ਵਾਸਤੇ ਦਵਾਈ ਲਾਉਣ ਦੀ ਲੋੜ ਤੋਂ ਛੁਟਕਾਰਾ ਹੋਇਆ। ਮੈਂ ਡਾਕਟਰ ਕਮਲਜੀਤ ਕੌਰ, ਅਸਿਸਟੈਂਟ ਪ੍ਰੋਫੈਸਰ ਡਿਪਾਰਟਮੈਂਟ ਫੂਡ ਸਾਇੰਸ ਐਂਡ ਟੈਕਨੋਲੋਜੀ, ਇੱਥੇ ਕਿਸਾਨ ਮੇਲੇ ਦੀ ਡਿਊਟੀ 'ਤੇ ਹਾਂ। ਅਤੇ ਅਸੀਂ ਇੱਥੇ ਸਾਰੇ ਪ੍ਰੋਡਕਟਸ ਫੂਡ ਟੈਕਨੋਲੋਜੀ ਦੇ ਵਿੱਚ ਜੋ ਸਟੂਡੈਂਟਸ ਰਿਸਰਚ ਕਰਦੇ ਆ ਜਾਂ ਹੋਰ ਰਿਸਰਚ ਹੁੰਦੀ ਹੈ ਉਹ ਸਾਰੇ ਪ੍ਰੋਡਕਟ ਅਸੀਂ ਡਿਸਪਲੇ ਕੀਤੇ ਹੋਏ ਹਾਂ। ਅਤੇ ਅਗਲੇ ਸਟਾਲ 'ਤੇ ਸਾਡੇ ਪ੍ਰੋਡਕਟ ਸੇਲ ਲਈ ਹੈ, ਇੱਕ ਟੇਬਲ ਸਾਡਾ ਡੈਮੋ ਲਈ ਹੈ ਜਿਹਦੇ ਵਿੱਚ ਅਸੀਂ ਸਕੁਐਸ਼ ਦੀ ਡੈਮੋਨਸਟ੍ਰੇਸ਼ਨ ਦਿੰਦੇ ਹਾਂ ਕਿ ਸਕੁਐਸ਼ ਕਿਸ ਤਰ੍ਹਾਂ ਬੋਟਲ ਕੀਤਾ ਜਾ ਸਕਦਾ ਹੈ, ਕਿਸ ਤਰ੍ਹਾਂ ਉਹਨੂੰ ਪ੍ਰਿਜ਼ਰਵ ਕੀਤਾ ਜਾ ਸਕਦਾ ਹੈ, ਜਿਹਦੇ ਵਿੱਚ ਅਸੀਂ 25% ਫਰੂਟ ਜੂਸ ਪਾਉਂਦੇ ਹਾਂ ਅਤੇ ਸ਼ੂਗਰ ਪਾਉਂਦੇ ਹਾਂ, 40% ਸ਼ੂਗਰ ਸਿਰਪ ਪਾਉਂਦੇ ਹਾਂ, ਅਤੇ ਸਕੁਐਸ਼ ਕਿਸ ਤਰ੍ਹਾਂ ਬਣਾਉਣਾ ਹੈ ਉਹਦੀ ਵਿਧੀ ਅਸੀਂ ਡੈਮੋ ਦਿੰਦੇ ਹਾਂ। ਅਤੇ ਬਾਕੀ ਸਾਰੇ ਪ੍ਰੋਡਕਟ ਸਾਡੇ ਫੂਡ ਟੈਕਨੋਲੋਜੀ ਦਾ 4 ਸੈਕਸ਼ਨਸ ਆ, ਐਗ ਐਂਡ ਮੀਟ ਟੈਕਨੋਲੋਜੀ, ਫਰੂਟਸ ਐਂਡ ਵੈਜੀਟੇਬਲ ਟੈਕਨੋਲੋਜੀ, ਸੀਰੀਅਲ ਟੈਕਨੋਲੋਜੀ ਐਂਡ ਡੇਰੀ ਟੈਕਨੋਲੋਜੀ। ਇਹਨਾਂ ਸਾਰੇ ਸੈਕਸ਼ਨਸ ਦੇ ਪ੍ਰੋਡਕਟਸ ਅਸੀਂ ਡਿਸਪਲੇ ਕੀਤੇ ਹੋਏ ਆ ਅਤੇ ਇਹ ਪ੍ਰੋਡਕਟ ਸਾਰੇ ਦੇਖਦੇ ਆ। ਅਤੇ ਪ੍ਰੋਡਕਟ ਸੇਲ ਲਈ ਜਿਹੜੇ ਹੈਗੇ ਆ ਉਹ ਸਾਡੇ ਇਸ ਤਰ੍ਹਾਂ ਹੀ ਸੀਰੀਅਲ ਟੈਕਨੋਲੋਜੀ, ਫਰੂਟਸ ਵੈਜੀਟੇਬਲ ਟੈਕਨੋਲੋਜੀ ਦੇ ਅਲੱਗ ਅਲੱਗ ਆ, ਅਲੱਗ ਅਲੱਗ ਰੇਟ 'ਤੇ ਹੈ ਅਤੇ ਉਹ ਪ੍ਰੋਡਕਟਸ ਅਵੇਲੇਬਲ ਹੈ। Pragati Kaushal, working as a teaching assistant in food science and technology department. This department is currently under the supervision of Mrs. Amarjit Kaur, which is working as the head of that department. We are dealing with various types of the processing technology, like we are dealing with the meat and processed meat products like fruits and vegetable industry. We are particularly dealing with the various technologies that is occurring in the day-to-day life, like we are providing the training in particular aspects. Suppose like we have provided the various schedule of the training conducted by our department. Moreover, we are giving the demo of the particular product, that is the squash. The recipe of the product is displayed as under. Now we have displayed various types of the products that is currently prepared by our department. These products are available for sale in our department. That's all what I can say about the department. Thank you.
ਐਸੀ ਪ੍ਰਚਾਰ ਵਾਲੇ ਗਰੁੱਪ ਵੀ ਆਪੋ ਆਪਣੀ ਵਿਚਾਰਧਾਰਾ ਮੁਤਾਬਿਕ ਮੇਲੇ ਵਿੱਚ ਕਈ ਥਾਵਾਂ ਤੇ ਪ੍ਰਚਾਰ ਲਿਟਰੇਚਰ ਵੰਡ ਰਹੇ ਸਨ।